ਅੱਜ ਚਿਰਾਗ ਰਾਜੂ ਥਾਪਰ ਨੂੰ ਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦਿੱਲੀ ਦੀ ਤਰਫੋਂ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਪ੍ਰੋਗਰਾਮ ਵਿੱਚ ਹੋਟਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਮਰਵੀਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਵਿੱਚ ਰਿਸ਼ੀ ਸ਼ਰਮਾ ਨੂੰ ਪੰਜਾਬ ਦਾ ਉਪ ਪ੍ਰਧਾਨ, ਭੂਸ਼ਣ ਅਰੋੜਾ ਅਤੇ ਹਰਦੀਪ ਵਿੱਕੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹੋਰ ਉਹਨਾਂ ਕੀ ਗੱਲਬਾਤ ਕੀਤੀ ਹੈ, ਆਓ ਤੁਹਾਨੂੰ ਵੀ ਸੁਣਾਉਂਦੇ ਹਾਂ। ਲੁਧਿਆਣਾ ਲਾਈਵ ਲਈ ਸੰਜੇ ਦੀ ਰਿਪੋਰਟ। ਮੇਰਾ ਨਾਮ ਅਮਰਵੀਰ ਸਿੰਘ ਹੈ, ਪ੍ਰੈਜ਼ੀਡੈਂਟ ਹੋਟਲ ਐਸੋਸੀਏਸ਼ਨ ਪੰਜਾਬ, ਆਨਰੇਰੀ ਸੈਕਟਰੀ ਹੋਟਲ ਐਸੋਸੀਏਸ਼ਨ ਨਾਰਥਨ ਇੰਡੀਆ, ਜੁਆਇੰਟ ਸੈਕਟਰੀ ਹੋਟਲ ਐਸੋਸੀਏਸ਼ਨ ਆਲ ਇੰਡੀਆ। ਅੱਜ ਜਿਹੜਾ ਚਿਰਾਗ ਜੀ ਨੇ ਮੈਨੂੰ ਇੱਥੇ ਬੁਲਾਇਆ ਹੈ, ਮੈਨੂੰ ਖੁਸ਼ੀ ਹੋਈ ਹੈ ਵੀ ਲੁਧਿਆਣਾ ਦੇ ਵਿੱਚ ਕਿਸੇ ਬੰਦੇ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਹੈ। ਇਸ ਟਾਈਮ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਅਤੇ ਕਰਪਸ਼ਨ ਜਿਹੜੀ ਫੈਲ ਰਹੀ ਹੈ ਉਹਨੂੰ ਦੇਖਦੇ ਹੋਏ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਅਤੇ ਪਹਿਲਾਂ ਵੀ ਇਹਨਾਂ ਦੇ ਜਿਹੜੇ ਸਾਥੀ ਹੈ ਬਹੁਤ ਅੱਛਾ ਕੰਮ ਕਰ ਰਹੇ ਨੇ, ਕਾਫੀ ਕੰਮ ਹੈ, ਅੱਗੇ ਸੁਣੇ ਵੀ ਹੈ ਅਤੇ ਪੜ੍ਹੇ ਵੀ ਹੈ। ਆਸ ਕਰਦਾ ਵੀ ਜਿਹੜਾ ਇਹਨੂੰ ਪ੍ਰੈਜ਼ੀਡੈਂਟ ਬਣਾਇਆ ਹੋਇਆ ਪੰਜਾਬ ਦਾ, ਇਹ ਹੋਰ ਜ਼ੋਰ ਸ਼ੋਰ ਨਾਲ ਕੰਮ ਕਰਨਗੇ ਅਤੇ ਲੋਕਾਂ ਨੂੰ ਭਰਪੂਰ ਸਹਾਇਤਾ ਪ੍ਰਦਾਨ ਕਰਨਗੇ। ਕਿਸ ਐਸੋਸੀਏਸ਼ਨ ਦੇ ਐਸੋਸੀਏਸ਼ਨ ਦੇ ਅਜੇ 20 ਤੋਂ ਲੈ ਕੇ 22 ਇਹਨਾਂ ਦੇ ਹਾਜ਼ਰ ਨੇ ਅਤੇ ਜਿਹੜੇ ਬਾਕੀ ਹੈ ਹੋਰ ਆਪਣੇ ਨਾਲ ਜੋੜਨਗੇ ਤਾਂ ਕਿ ਸਾਰਿਆਂ ਨੂੰ ਕੰਮ ਵੰਡ ਕੇ ਜ਼ਿੰਮੇਵਾਰੀਆਂ ਦੇਣ ਤਾਂ ਕਿ ਜਿਹੜੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੰਮ ਸੋਲਵ ਕਰਾਉਣਗੇ। ਅੱਜ ਸਾਡੀ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫੋਰਸ ਜਿਹੜੀ ਮੀਟਿੰਗ ਰੱਖੀ ਗਈ ਸੀ ਉਹਦੇ ਵਿੱਚ ਸਾਡੇ ਜਿਹੜੇ ਚੀਫ ਗੈਸਟ ਨੇ ਸਰਦਾਰ ਅਮਰਵੀਰ ਸਿੰਘ ਜੀ, ਉਹਨਾਂ ਨੇ ਲੈਟਰ ਡਿਸਟ੍ਰੀਬਿਊਟ ਕੀਤੀਆਂ। ਸਾਡੇ ਅੱਜ ਲੁਧਿਆਣੇ ਸਾਰੀ ਬਾਡੀ ਜਿਹੜੀ ਹੈ ਉਹ ਅਨਾਊਂਸ ਕੀਤੀ ਗਈ ਹੈ। ਲੁਧਿਆਣੇ ਦੇ ਵਾਈਸ ਚੇਅਰਮੈਨ, ਚੇਅਰਮੈਨ, ਪ੍ਰੈਜ਼ੀਡੈਂਟ, ਜਨਰਲ ਸੈਕਟਰੀ ਸਾਰੇ ਅੱਜ ਬਾਡੀ ਡਿਸਾਈਡ ਕੀਤੀ ਗਈ ਹੈ। ਔਰ ਅਸੀਂ ਜਿੱਦਾਂ ਇੰਨੇ ਸਾਲਾਂ ਤੋਂ ਹਿਊਮਨ ਰਾਈਟਸ ਵੱਲੋਂ ਲੋਕ ਭਲਾਈ ਦਾ ਕੰਮ ਕਰਦੇ ਆਏ ਹਾਂ, ਇਹ ਸੇਵਾ ਅੱਗੇ ਵੀ ਨਿਰੰਤਰ ਇੱਦਾਂ ਹੀ ਜਾਰੀ ਰਹੂਗੀ। ਮੈਂ ਬਹੁਤ ਧੰਨਵਾਦ ਕਰਦਾ ਆਪਣੀ ਟੀਮ ਦਾ, ਆਪਣੇ ਸਾਰੇ ਭਰਾਵਾਂ ਦਾ ਜਿਹੜੇ ਹਮੇਸ਼ਾ ਰਲ ਮਿਲ ਕੇ ਬਹੁਤ ਅੱਛੇ ਉਪਰਾਲੇ ਕਰਦੇ ਆ। ਔਰ ਅਸੀਂ ਹੁਣ ਪਿਛਲੇ 5 ਸਾਲ ਤੋਂ ਅਸੀਂ ਹਰ ਵਿੰਟਰ ਦੇ ਵਿੱਚ ਜਿਹੜਾ ਕਲੋਥ ਡਿਸਟ੍ਰੀਬਿਊਸ਼ਨ ਕਰਦੇ ਹਾਂ ਉਹ ਇਸ ਵਾਰ ਵੀ ਬਹੁਤ ਅੱਛੇ ਲੈਵਲ 'ਤੇ ਹੋਣ ਜਾ ਰਹੀ ਹੈ। ਤੁਹਾਨੂੰ ਬਹੁਤ ਜਲਦੀ ਉਹਦੇ ਬਾਰੇ ਅਸੀਂ ਸੂਚਿਤ ਵੀ ਕਰਾਂਗੇ ਔਰ ਸਾਡੇ ਸਾਰੇ ਮੈਂਬਰ ਅਲੱਗ ਅਲੱਗ ਜਗ੍ਹਾ 'ਤੇ ਇਹਦੇ ਕੈਂਪ ਲਗਾਏ ਜਾਣਗੇ ਔਰ ਜਿੰਨੇ ਵੀ ਜ਼ਰੂਰਤਮੰਦ ਲੋਕ ਹੈ ਉਹਨੂੰ ਸਾਰੀ ਚੀਜ਼ਾਂ ਡਿਸਟ੍ਰੀਬਿਊਟ ਕੀਤੀਆਂ ਜਾਣਗੀਆਂ। ਬੜਾ ਕੁਛ ਹੈ ਜੀ, ਕੰਮ ਤਾਂ ਬਹੁਤ ਸਾਰੇ ਹੋਣ ਵਾਲੇ ਆ, ਬਟ ਅਸੀਂ ਫਿਲਹਾਲ ਜਿਹੜਾ ਐਨ ਜੀ ਓ ਦੇ ਨਾਤੇ ਹੈ ਅਤੇ ਅਸੀਂ ਜਿੰਨੀ ਸਾਡੇ ਕੋਲ ਪਾਵਰ ਹੈ ਉਸ ਹਿਸਾਬ ਨਾਲ ਅਸੀਂ ਕੋਈ ਇੱਕ ਮੁੱਦਾ ਪਹਿਲਾਂ ਪਕੜਦੇ ਹਾਂ ਫਿਰ ਉਹਨੂੰ ਐਂਡ ਤੱਕ ਲੈ ਕੇ ਜਾਂਦੇ ਹਾਂ ਔਰ ਉਹਨੂੰ ਸੋਲਵ ਕਰਦੇ ਹਾਂ। ਉਹਦੇ ਲਈ ਬਿਲਕੁਲ ਗੋਦਾਮ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਰੂਰ ਇਹ ਚੀਜ਼ ਦਾ ਹੱਲ ਕੱਢਣਾ ਚਾਹੀਦਾ। ਔਰ ਜੇ ਤੁਸੀਂ ਅੱਜ ਇਹ ਕੁਸ਼ਚਨ ਪੁੱਛਿਆ ਤਾਂ ਮੈਂ ਵੀ ਆਪਣੀ ਟੀਮ ਨੂੰ ਗੁਜ਼ਾਰਿਸ਼ ਕਰੂੰਗਾ ਕਿ ਆਪਾਂ ਸਾਰੇ ਕਿਸੇ ਦਿਨ ਗੋਦਾਮ ਚਲੀਏ ਅਤੇ ਜਾ ਕੇ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਉਹਨਾਂ ਨੂੰ ਮਿਲੀਏ ਔਰ ਜਾ ਕੇ ਕਹੀਏ ਜੇ ਕਾਓਸੈਸ ਲੱਗ ਰਿਹਾ, ਸਾਰੀ ਚੀਜ਼ਾਂ ਹੋ ਰਹੀਆਂ ਤਾਂ ਇਹ ਚੀਜ਼ 'ਚ ਜੇ ਦਿੱਕਤਾਂ ਆ ਰਹੀਆਂ ਅਸੀਂ ਬਕਾਇਦਾ ਉਹਨਾਂ ਦੇ ਵੀਡੀਓ ਵਗੈਰਾ ਬਣਾ ਕੇ ਉਹਨਾਂ ਕੋਲ ਲੈ ਕੇ ਜਾ ਕੇ ਇਹ ਤੁਸੀਂ ਜੇ ਅੱਜ ਗੱਲ ਸ਼ੁਰੂ ਕੀਤੀ ਹੈ ਜ਼ਰੂਰ ਅਸੀਂ ਇਹ ਮੁੱਦਾ ਚੱਕਾਂਗੇ। ਜੀ ਅਮਨ ਹੈਗਾ, ਅੱਜ ਜਿਵੇਂ ਕਿ ਨੈਸ਼ਨਲ ਹਿਊਮਨ ਰਾਈਟਸ ਐਂਟੀ ਕਰਪਸ਼ਨ ਫੋਰਸ ਦੀ ਟੀਮ ਦੇ ਵਿੱਚ ਗਠਿਤ ਹੋਏ ਹਾਂ, ਮੈਨੂੰ ਚੇਅਰਮੈਨ ਇਲਾਨਾ ਹੈਗਾ ਲੁਧਿਆਣੇ ਦਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਮੁੰਡੇ ਸਾਰੇ ਇਕੱਠੇ ਹੋਏ ਹਾਂ, ਡੈਜ਼ੀਗਨੇਟ ਹੋਏ ਹਾਂ ਇਸ ਪੋਸਟਾਂ ਵਾਸਤੇ। ਸਾਰੇ ਮੁੰਡੇ ਆਪਣੇ ਆਪਣੇ ਲੈਵਲ 'ਤੇ ਕੋਈ ਨਾ ਕੋਈ ਸੋਸ਼ਲ ਵਰਕ ਕਰਦਾ ਰਹਿੰਦਾ, ਪਰ ਅੱਜ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਦੇ ਨਾਲ ਮੈਨੂੰ ਲੱਗਦਾ ਮੁੰਡੇ ਹੋਰ ਸੀਰੀਅਸ ਹੋਣਗੇ, ਹੋਰ ਅੱਗੇ ਵਧਣਗੇ ਇਸ ਤਰ੍ਹਾਂ ਦੇ ਵਿੱਚ ਸੋਸ਼ਲ ਵਰਕ ਦੇ ਵਿੱਚ। ਕੋਈ ਬੱਚੇ ਦੀ ਪੜ੍ਹਾਈ ਹੋਵੇ, ਕੋਈ ਲੇਡੀਜ਼ ਕਿਸੇ ਤਰ੍ਹਾਂ ਦੀ ਮੁਸੀਬਤ ਜੂਝ ਰਹੀ ਹੋਵੇ, ਕੋਈ ਵਿਡੋ ਹੋਵੇ, ਕਿਸੇ ਫੈਮਿਲੀ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ, ਅਸੀਂ ਹਮੇਸ਼ਾ ਇੱਕ ਸੋਸ਼ਲ ਵਰਕ ਨੂੰ ਮੰਨ ਕੇ ਹੋਏ ਉਹਨਾਂ ਦੀ ਹੈਲਪ ਕਰਦੇ ਹਾਂ। ਅਤੇ ਮੈਂ ਹੋਰ ਵੀ ਅੱਗੇ ਚਾਹੂੰਗਾ ਫਿਊਚਰ ਦੇ ਵਿੱਚ ਸਾਡੇ ਨਾਲ ਹੋਰ ਮੁੰਡੇ ਜੁੜਨ। ਥਾਪਰ ਸਾਹਿਬ ਦਾ ਨੰਬਰ, ਮੇਰਾ ਨੰਬਰ ਅਸੀਂ ਤੁਹਾਨੂੰ ਦੇ ਦਾਂਗੇ, ਸਾਡੇ ਨਾਲ ਜੁੜੋ, ਅਸੀਂ ਲੁਧਿਆਣੇ ਦੀ ਵੈਲਫੇਅਰ ਦੀ, ਪਬਲਿਕ ਵੈਲਫੇਅਰ ਦੇ ਵਿੱਚ ਹਮੇਸ਼ਾ ਅੱਗੇ ਉਹਨਾਂ ਦਾ ਸਾਥ ਮੰਗਾਂਗੇ। ਥੈਂਕ ਯੂ।